ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਨੇ ਦੇਸ਼ ਵਿੱਚ ਸਿੱਖ ਗੁਰਧਾਮਾਂ ਦੇ ਪ੍ਰਬੰਧਾਂ ਉਤੇ ਆਪਣੀ ਪਕੜ ਮਜ਼ਬੂਤ ਅਤੇ ਭਾਰਤ ਦੇ ਵਿੱਚ ਸਿੱਖਾਂ ਨੂੰ ਭੜਕਾਉਂਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜੀਹਾਂ ਚੋਟੀ ਦੇ ਖੂਫੀ ਸੂਤਰਾਂ ਨੇ ਇੱਕ ਨਿੱਜੀ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਸ ਸਾਲ ਜਨਵਰੀ ਵਿੱਚ ਪਾਕਿਸਤਾਨ ਸਰਕਾਰ ਨੇ ਇੱਕ ਆਈਐਸਆਈ ਅਧਿਕਾਰੀ ਨੂੰ ਪ੍ਰੋਜੈਕਟ ਪ੍ਰਬੰਧਨ ਯੂਨਿਟ ਦਾ ਸੀਈਓ ਨਿਯੁਕਤ ਕੀਤਾ ਸੀ ਸੋ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਦੀ ਦੇਖਰੇ ਦਾ ਕੰਮ ਸੌਂਪਿਆ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਈਐਸਆਈ ਨੇ ਖਾਲਿਸਤਾਨੀ ਵਕਵਾਦੀ ਅਮਰਿਤਪਾਲ ਸਿੰਘ ਨੂੰ ਸਿੱਖ ਧਰਮ ਅਤੇ ਇਤਿਹਾਸ ਦੀ ਸਿਖਲਾਈ ਦੇ ਕੇ ਭਾਰਤ ਭੇਜਿਆ ਹੈ ਦੁਬਈ ਤੋਂ ਭਾਰਤ ਆਉਣ ਤੋਂ ਪਹਿਲਾਂ ਅਮਰਿਤਪਾਲ 조ਰਜੀਆ ਦੀ ਯਾਤਰਾਤੇ ਗਿਆ ਸੀ ਅਤੇ ਸੰਭਵ ਹੈ ਕਿ ਉਸ ਨੂੰ ਇਹ ਸਭ ਕੁਝ ਜਿਹੜਾ ਹੈ ਉੱਥੇ ਹੀ ਪੜਾਇਆ ਗਿਆ ਹੋਵੇ ਸੋ ਸੂਤਰ ਇਹ ਵੀ ਦੱਸਦੇ ਨੇ ਕਿ ਆਈਐਸਆਈ ਪੰਜਾਬ ਦੇ ਵਿੱਚ ਖਾਲਿਸਤਾਨੀ ਵਕਵਾਦ ਦੀ ਆਗ ਨੂੰ ਪੜਕਾਉਣ ਦੇ ਲਈ ਇੱਕ ਮਾਸ ਲਹੂ ਲੋਹਾਨ ਪੰਦਿਤ ਜਿਹੜੀ ਹੈ ਸ਼ਖਸੀਅਤ ਚਾਉਂਦੀ ਸੀ ਉਹਨਾਂ ਇਹ ਵੀ ਕਿਹਾ ਹੈ ਕਿ ਪਾਕਿਸਤਾਨੀ ਏਜੰਸੀ ਅੰਮ੍ਰਿਤਪਾਲ ਦੇ आले ਦਵਾਲੇ ਬ੍ਰਾਂਡ ਐਂਡ ਕੁਲਟ ਬਣਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਉਸ ਦੀ ਮੁਹੀਮ ਨੂੰ ਵੀ ਕੰਟਰੋਲ ਕਰ ਰਹੀ ਹੈ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਸਿੱਖ ਧਰਮ ਦੇ ਕਟੜਪੰਥੀ ਸਰੂਪ ਦਾ ਪ੍ਰਚਾਰ ਕਰ ਰਿਹਾ ਹੈ ਉਸਨੇ ਅਤੇ ਉਸ ਦੇ ਪੈਰੋਕਾਰਾਂ ਨੇ ਬਜ਼ੁਰਗ ਨਾਗਰਿਕਾਂ ਲਈ ਗੁਰਦੁਆਰਾ ਦਰਬਾਰ ਹਾਲ ਦੇ ਵਿੱਚ ਰੱਖੇ ਸੋਫੇ ਅਤੇ ਕੁਰਸੀਆਂ ਬਾਹਰ ਲਿਆ ਕੇ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਪੰਤ ਤੋੜ ਕੀਤੀ ਸੋ ਗੁਰਦੁਆਰਾ ਪਰਵਰ ਦਕਾਂ ਦੇ ਵੱਲੋਂ ਲਿਖਤੀ ਸ਼ਿਕਾਇਤ ਦੇ باوجود ਵੀ ਅੰਮ੍ਰਿਤਪਾਲ ਅਤੇ ਉਸਦੇ 40 ਤੋਂ ਪੰਜਾਬ 에ਰੋਕਾਰਾਂ ਦੇ ਖਿਲਾਫ ਕੇਸ ਦਰਜ ਨਾ ਕਰਨ ਲਈ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਆਮ ਆਦਮੀ ਸਰਕਾਰ ਤੇ ਨਿਸ਼ਾਨਾ 사ਦਿਆ। ਸੋ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੇ ਜਿਹੜਾ ਹੈ ਹਾਲ ਹੀ ਵਿੱਚ ਕਿਹਾ ਸੀ ਕਿ 1000 ਲੋਕ ਪੰਜਾਬ ਦੀ ਨੁਮਾਇੰਦਗੀ ਨਹੀਂ ਕਰਦੇ ਨੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਪਾਕਿਸਤਾਨ ਵੱਲੋਂ ਫੰਡ ਦਿੱਤੇ ਜਾਂਦੇ ਨੇ। ਸੋ ਇੱਥੇ ਸਾਫ਼ ਤੌਰ ਤੇ ਭਗਵੰਤ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਕਿਆ ਗਿਆ ਸੀ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਖਾਲਿਸਤਾਨੀ ਐਕਟੀਵਿਟੀ ਪੰਜਾਬ ਦੇ ਵਿੱਚ ਵਧ ਰਹੀ ਹੈ ਸੋ ਉਹਨਾਂ ਦਾ ਮੁੱਖ ਮੰਤਰੀ ਦਾ ਜਵਾਬ ਇਹ ਸੀ ਕਿ 1000 ਲੋਕ ਪੰਜਾਬ ਦੀ ਨੁਮਾਇੰਦਗੀ ਨਹੀਂ ਕਰਦੇ ਨੇ ਯਾਨੀ ਕਿ 1000 ਜਿਹੜੇ ਖਾਲਿਸਤਾਨੀ ਪੰਜਾਬ ਦੇ ਵਿੱਚ ਨੇ ਉਹ ਇਸ ਦੀ ਨੁਮਾਇੰਦਗੀ ਨਹੀਂ ਕਰਦੇ ਨੇ ਪੰਜਾਬ ਦੀ ਸੋ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਪਾਕਿਸਤਾਨ ਵੱਲੋਂ ਫੰਡ ਦਿੱਤੇ ਜਾਂਦੇ ਨੇ ਜੋ ਕਿ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਮਾਨ ਦੇ ਵੱਲੋਂ ਆਪਣੀ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਗੱਲਾਂ ਆਖੀ ਗਈਆਂ ਨੇ ਸੋ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਖਾਲਿਸਤਾਨੀ ਸਮਰਥਕ ਅਮਰਿਤਪਾਲ ਸਿੰਘ ਨੂੰ ਫੰਡ ਮੁਹਈਆ ਕਰਵਾਉਣ ਦੇ ਲਈ ਸੋਸ਼ਲ ਮੀਡੀਆ ਉਤੇ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਚੋਟੀ ਦੇ ਖੁਫੀਆ ਸੂਤਰ ਦੱਸਦੇ ਨੇ ਕਿ ਕੈਨੇਡਾ ਬ੍ਰਿਟੇਨ ਅਤੇ ਹੋਰ ਕਈ ਦੇਸ਼ਾਂ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਦੇ ਰਾਹੀਂ ਹਜ਼ਾਰਾਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਪਾਕਿਸਤਾਨੀ ਏਜੰਸੀ ਇਨ੍ਹਾਂ ਤਸਵੀਰਾਂ ਦੇ ਵਿੱਚ ਭਾਰਤ ਵਿੱਚ ਸਿੱਖਾਂ ਦੇ ਉੱਤੇ ਕਥਿਤ ਜ਼ੁਲਮਾਂ ਦਾ ਝੂਠਾ ਪ੍ਰਚਾਰ ਕਰ ਰਹੀ ਹੈ ਇਨ੍ਹਾਂ ਦੀ ਇਸ਼ਤਿਹਾਰबाजी ਵੀ ਕੀਤੀ ਜਾਂਦੀ ਹੈ ਅਤੇ ਇਹ ਪਿਹਾਰ ਕੈਨੇਡਾ ਯੂਕੇ ਅਤੇ ਜਰਮਨੀ ਦੇ ਵਿੱਚ ਵਿਕੇ ਚਾ ਸਕਦੇ ਨੇ ਸੋ ਸੂਤਰਾਂ ਅਨੁਸਾਰ ਇਹਨਾਂ ਇਸ਼ਤਿਹਾਰਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਸਿਰਫ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਖਾਤਿਆਂ ਵਿੱਚ ਜਾ ਰਹੇ ਨੇ ਸੋ ਨਾ ਇਹ ਵੀ ਕਿਹਾ ਹੈ ਕਿ ਇਹ ਇਸ਼ਤਿਹਾਰ ਸਿੱਖ ਨਾਵਾਂ ਅਤੇ ਉਪਨਾਵਾਂ ਜਿਵੇਂ ਕਿ ਸਿੰਘ ਕੌਰ ਆਦਵਲ ਸ਼ੋਧਿਤ ਨੇ ਸੋ ਇਹਨਾਂ ਇਸ਼ਤਿਹਾਰਾਂ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਲਗਭਗ 1 ਸਾਲ ਤੱਕ ਚੱਲ ਸਕਦੇ ਨੇ ਸੋ ਪਾਕਿਸਤਾਨ ਖਾਲਿਸਤਾਨੀ ਅੰਮ੍ਰਿਤਪਾਲ ਸਿੰਘ ਨੂੰ ਅਸਿੱਧੇ ਤੌਰ ਦੇ ਉਤੇ ਫੰਡ ਮੁਹਈਆ ਕਰ ਪਾਉਂਡ ਲਈ ਪਹੁੰਚ ਕਰ ਰਿਹਾ ਹੈ ਸੂਤਰਾ ਨੇ ਦੱਸਿਆ ਹੈ ਕਿ ਉਹਨਾਂ ਬਾਹਰੀ ਜਿਹੜੀ ਹੈ ਉਹਨਾਂ ਰਾਹੀਂ ਆਈਐਸਆਈ ਅਤੇ ਇਸ ਦੇ ਲੋਕ ਕਰੋੜਾਂ ਡਾਲਰ ਫੰਡਿੰਗ ਕਰ ਰਹੇ ਨੇ